ਮੈਂ ਕਵਿਤਾ ਲਿਖਣ ਲਈ ਨਹੀਂ ਲਿਖਦਾ। ਪਤਾ ਨਹੀਂ ਕਿਹੜੇ ਵੇਲੇ ਮੈਂ ਕਵਿਤਾ ਕੋਲ ਚਲਿਆ ਜਾਂਦਾ ਜਾਂ ਕਵਿਤਾ ਮੇਰੇ ਕੋਲ ਆ ਜਾਂਦੀ ਹੈ, ਪਰ ਜਦੋਂ ਵੀ ਮੈਂ ਕਵਿਤਾ ਦੇ ਕੋਲ ਹੁੰਦਾ ਮੈਨੂੰ ਐਵੇਂ ਲੱਗਦਾ ਜਿਵੇਂ ਮੈਂ ਆਪਣੇ ਕੋਲ ਬੈਠਾ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਹੋਵਾਂ। ਬੜਾ ਕੁਝ ਅਕਸਰ ਰਹਿ ਜਾਂਦਾ ਹੈ, ਬੜਾ ਕੁਝ ਅਕਸਰ ਰਹਿ ਜਾਂਦਾ ਹੈ ਸ਼ਬਦਾਂ ਦੀ ਪਕੜ ਤੋਂ ਪਰੇ, ਨਿੱਕੀਆਂ ਨਿੱਕੀਆਂ ਤੰਦਾਂ ਵਰਗੇ ਨਿੱਕੇ ਨਿੱਕੇ ਅਹਿਸਾਸ ਜਿਨ੍ਹਾਂ ਦੇ ਮੇਚ ਵੱਡੇ ਵੱਡੇ ਹਰਫ ਨਹੀਂ ਆਉਂਦੇ, ਪਾਣੀ ਦੀ ਬੂੰਦ ਵਰਗੇ ਅਹਿਸਾਸ ਜਿਨ੍ਹਾਂ 'ਚ ਸਾਗਰਾਂ ਦਾ ਸ਼ੋਰ ਨਹੀਂ, ਪਾਣੀ ਦੀ ਬੂੰਦ ਵਰਗੇ ਅਹਿਸਾਸ ਜਿਨ੍ਹਾਂ 'ਚ ਸਾਗਰਾਂ ਦਾ ਸ਼ੋਰ ਨਹੀਂ, ਪਰ ਇਹਨਾਂ ਦੀ ਨਿਮਾਣੀ ਛੋਹ ਪਰ ਇਹਨਾਂ ਦੀ ਨਿਮਾਣੀ ਛੋਹ 'ਚ ਲੁਕਿਆ ਹੈ ਸਾਗਰਾਂ ਤੋਂ ਵੀ ਗਹਿਰਾ ਬਹੁਤ ਕੁਝ, ਜੋ ਅਕਸਰ ਰਹਿ ਜਾਂਦਾ ਹੈ ਸ਼ਬਦਾਂ ਦੀ ਪਕੜ ਤੋਂ ਪਰੇ, ਬੜਾ ਕੁਝ ਅਕਸਰ ਰਹਿ ਜਾਂਦਾ ਹੈ ਸ਼ਬਦਾਂ ਦੀ ਪਕੜ ਤੋਂ ਪਰੇ।